ਆਪਣੇ ਕੋਲ ਜੀ ਦੁੱਧ ਦੀ ਸਹੀ ਚੀਜ਼ ਮਿਲਣੀ ਬਹੁਤ ਬਹੁਤ ਮੁਸ਼ਕਿਲ ਹੈ ਜੀ। ਇੱਥੇ ਬਹੁਤ ਤਰ੍ਹਾਂ ਦਾ ਦੁੱਧ ਇੱਥੇ ਹੋਰ ਵੀ ਪ੍ਰੋਡਕਟਾਂ ਤੋਂ ਤਿਆਰ ਕਰਕੇ ਦਿੱਤਾ ਜਾਂਦਾ ਜੀ। ਆਪਾਂ ਨੂੰ ਐਂ ਤੀ ਜੀ ਇੱਥੇ ਵਧੀਆ ਚੀਜ਼ ਆਪਾਂ ਲਿਆ ਕੇ ਦਈਏ ਪਿੰਡੋਂ, ਅਤੇ ਵਧੀਆ ਚੀਜ਼ ਮਿਲੇ ਨਾ ਗਾਹਕ ਨੂੰ ਵੀ। ਪਿੰਡ ਤੋਂ ਦੁੱਧ ਲਿਆ ਕੇ ਉਰੇ ਵੇਚਦੇ ਹਾਂ ਜਦੋਂ ਸਾਨੂੰ ਵੀ ਸਾਡਾ ਦਿਲ ਨੂੰ ਸਕੂਨ ਮਿਲਦਾ ਜੀ, ਅਸੀਂ ਵਧੀਆ ਚੀਜ਼ ਦਿੰਦੇ ਹਾਂ। ਬਾਕੀ ਸਾਡੇ ਕੋਲ ਆ ਕੇ ਇੱਦਾਂ ਵੀ ਦੱਸ ਦਿੰਦੇ ਵੀ ਜਵਾਕਾਂ ਨੂੰ ਦੁੱਧ ਐਨ ਵਧੀਆ ਪੀਂਦੇ ਲਈ। 30 ਕਿਲੋ ਤੋਂ ਸਟਾਰਟਿੰਗ ਕਰੀ ਦੀ, ਅੱਜ ਸਾਡਾ 1.5 ਕੁਇੰਟਲ ਤੱਕ ਦੁੱਧ ਲੱਗ ਰਿਹਾ, ਪਿਓਰ ਦੁੱਧ ਹੈ। ਆਪਣੇ ਘਰ ਵੀ ਮੱਝਾਂ ਹੈਗੀਆਂ ਨੇ ਜੀ, ਕਦੇ ਵੀ ਕੋਈ ਵੀ ਗਾਹਕ ਆ ਕੇ ਚੈੱਕ ਕਰਾ ਸਕਦਾ ਮੌਕੇ 'ਤੇ। ਆਪਣੀ ਇਹੀ ਸ਼ੁੱਧਤਾ ਅਤੇ ਇਹੀ ਕੁਆਲਿਟੀ ਹੈ ਜੀ, ਕੋਈ ਮਿਲਾਵਟ ਨਹੀਂ, ਉਨਾ ਪਾਣੀ ਨਾ ਕੋਈ ਪਾਊਡਰ ਨਾ ਕੋਈ, ਜਿੰਨਾ ਦੁੱਧ ਅਸੀਂ ਉਨਾ ਜਿੰਨਾ ਮਿਲਦਾ ਅਸੀਂ ਤਾਂ ਉਨਾ ਲਾਉਂਦੇ ਹਾਂ ਜੀ। ਅੱਜ ਕੱਲ੍ਹ ਜਿੱਥੇ ਪੜ੍ਹੇ ਲਿਖੇ ਨੌਜਵਾਨ ਪੰਜਾਬ ਛੱਡ ਕੇ ਵਿਦੇਸ਼ਾਂ ਦਾ ਰੁੱਖ ਕਰ ਰਹੇ ਨੇ, ਪਸ਼ੂ ਪਾਲਣ ਵਰਗੇ ਕਿਤੇ ਨੂੰ ਅਪਣਾਉਣ ਤੋਂ ਕੰਨੀ ਕਤਰਾਉਂਦੇ ਨੇ, ਉੱਥੇ ਇਹ ਦੋ ਨੌਜਵਾਨ ਹੋਰਾਂ ਮੁੰਡਿਆਂ ਦੇ ਲਈ ਰੋਲ ਮਾਡਲ ਬਣ ਰਹੇ ਨੇ। ਜੀ ਹਾਂ, ਇਹ ਨੇ ਮਲੇਰਕੋਟਲਾ ਦੇ ਰਹਿਣ ਵਾਲੇ ਦੋਜੀ ਗਰੀਆ। ਸੰਘ ਸ਼ਰਮ ਛੱਡ ਕੇ ਆਪਣੇ ਘਰ ਅਤੇ ਨਾਲ ਦੇ ਪਿੰਡਾਂ ਤੋਂ ਦੁੱਧ ਲਿਆ ਕੇ ਉਹ ਇਸ ਸ਼ਹਿਰ ਦੇ ਵਿੱਚ ਵੇਚ ਰਹੇ ਨੇ। ਮਿਲਾਵਟ ਵਾਲੇ ਜ਼ਮਾਨੇ 'ਚ ਇਹਨਾਂ ਨੌਜਵਾਨਾਂ ਦਾ ਦਾਅਵਾ ਹੈ ਕਿ ਇਹ ਸ਼ੁੱਧ ਦੁੱਧ ਲੋਕਾਂ ਨੂੰ ਵੇਚ ਰਹੇ ਨੇ। ਹਾਲਾਂਕਿ ਇਹਨਾਂ ਨੂੰ ਦੁੱਧ ਵੇਚਦਿਆਂ ਮਹਿਜ਼ ਕੁਝ ਸਮਾਂ ਹੀ ਹੋਇਆ, ਪਰ ਗਾਹਕ ਇਹਨਾਂ ਦੇ ਪੱਕੇ ਹੋ ਚੁੱਕੇ ਨੇ। ਆਪਣੇ ਦਿਮਾਗ 'ਚ ਇੱਦਾਂ ਆ, ਆਪਾਂ ਨੂੰ ਇੱਥੇ ਮਲੇਰਕੋਟਲੇ 'ਚ ਦੁੱਧ ਦੀ ਸਹੀ ਚੀਜ਼ ਮਿਲਣੀ ਬਹੁਤ ਬਹੁਤ ਮੁਸ਼ਕਿਲ ਹੈ ਜੀ। ਇੱਥੇ ਬਹੁਤ ਤਰ੍ਹਾਂ ਦਾ ਦੁੱਧ ਇੱਥੇ ਹੋਰ ਵੀ ਪ੍ਰੋਡਕਟਾਂ ਤੋਂ ਤਿਆਰ ਕਰਕੇ ਦਿੱਤਾ ਜਾਂਦਾ ਜੀ। ਆਪਾਂ ਨੂੰ ਐਂ ਤੀ ਜੀ ਇੱਥੇ ਵਧੀਆ ਚੀਜ਼ ਆਪਾਂ ਲਿਆ ਕੇ ਦਈਏ ਪਿੰਡੋਂ, ਅਤੇ ਵਧੀਆ ਚੀਜ਼ ਮਿਲੇ ਨਾ ਗਾਹਕ ਨੂੰ ਵੀ, ਅਤੇ ਉਹਦੇ ਚੀਜ਼ ਦਾ ਵੀ ਮੁੱਲ ਪਵੇ। ਨਾਲੇ ਸਾਡੇ ਪਿੰਡ ਤੋਂ ਦੁੱਧ ਲਿਆ ਕੇ ਉਰੇ ਵੇਚਦੇ ਹਾਂ ਜਦੋਂ ਸਾਨੂੰ ਵੀ ਸਾਡਾ ਦਿਲ ਨੂੰ ਸਕੂਨ ਮਿਲਦਾ ਜੀ, ਅਸੀਂ ਵਧੀਆ ਚੀਜ਼ ਦਿੰਦੇ ਹਾਂ। ਬਾਕੀ ਸਾਡੇ ਕੋਲ ਆ ਕੇ ਇੱਦਾਂ ਵੀ ਦੱਸ ਦਿੰਦੇ ਵੀ ਜਵਾਕਾਂ ਨੂੰ ਦੁੱਧ ਐਨ ਵਧੀਆ ਪੀਂਦੇ ਨੇ, ਪਹਿਲਾਂ ਦੁੱਧ ਵੀ ਨਹੀਂ ਪੀਂਦੇ ਸੀ, ਸਾਡਾ ਜਵਾਕਾਂ 'ਚ ਦੁੱਧ ਪੂਰਾ ਵਧੀਆ ਪੀਂਦੇ ਨੇ। ਪਿੰਡ ਆਪਾਂ ਵਿਹਲੇ ਰਹਿੰਦੇ ਸੀ ਕੰਮ ਕੁੰਮ ਕਰਕੇ, ਹੁਣ ਅਸੀਂ ਪਹਿਲਾਂ ਵੀ ਸੰਗ ਸੁੰਗ ਸ਼ਰਮ ਕਰਦੇ, ਬਾਹਰ ਜਾਣ ਦਾ ਪਲੈਨ ਪੂਰਾ ਵਧੀਆ ਬਣਿਆ ਹੋਇਆ ਸੀ। ਬਸ ਜਾਣਾ ਇੱਕ ਹੈਗਾ ਤਾਂ ਹੈਗਾ ਸੀ, ਬਸ ਮਨ 'ਚ ਕੰਮ ਆਇਆ ਵੀ ਇੱਥੇ ਆਪਾਂ ਕਰਕੇ ਦੇਖ ਲਈਏ ਵੀ ਪੂਰਾ ਵਧੀਆ ਆਪਾਂ ਨੂੰ ਸਹਿਯੋਗ ਮਿਲਦਾ ਜੀ। ਆਪਦੇ ਕੰਮ ਦਾ ਖੁਦ ਮਾਲਕ ਆ, ਜਿੰਨਾ ਟਾਈਮ ਕਰਨਾ ਜੀ ਉਨਾ ਟਾਈਮ ਕਰਦੇ ਹਾਂ ਜੀ, ਵਧੀਆ ਹੁੰਦਾ। ਸੰਗਤਾਂ ਹੀ ਲੱਗੀ ਜੀ, ਉੱਦਾਂ ਸਾਨੂੰ ਮਜ਼ਾਕ ਕਰਦੇ ਰਹਿੰਦੇ ਨੇ ਜੀ, ਆ ਕੇ ਖੜਦੇ ਨੇ, ਹੱਸਦੇ ਨੇ, ਖੇਡਦੇ ਨੇ ਵੀ ਕੀ ਕੰਮ ਕਰਨ ਲੱਗ ਗਏ ਤੁਸੀਂ। ਅਸੀਂ ਕਹਿ ਚੱਲ ਅਸੀਂ ਸੇਵਾ ਹੀ ਕਰਦੇ ਹਾਂ, ਵੈਸੇ ਅਸੀਂ ਆਓ, ਸਾਡਾ ਦੁੱਧ ਵੀ ਪੂਰਾ ਵਧੀਆ ਚੀਜ਼ ਆ ਜੀ, ਅਸੀਂ ਵਧੀਆ ਦਿੰਦੇ ਹਾਂ ਜੀ। ਹਾਂਜੀ, ਅਸੀਂ ਦੋਸਤਾਂ ਜੀ, ਦੋਸਤ ਆਈਡੀਆ ਵੀਰ ਨੇ ਦਿੱਤਾ ਜੀ, ਮੇਰੇ ਪਿੰਡ ਦੇ ਹੀ ਆ, ਅਸੀਂ ਦੋਸਤਾਂ ਤੋਂ ਹਾਂ ਜੀ। ਅਸੀਂ 30 ਕਿਲੋ ਤੋਂ ਸਟਾਰਟਿੰਗ ਕਰੀ ਦੀ, ਅੱਜ ਸਾਡਾ 1.5 ਕੁਇੰਟਲ ਤੱਕ ਦੁੱਧ ਲੱਗ ਰਿਹਾ, ਪਿਓਰ ਦੁੱਧ ਹੈ। ਆਪਣੇ ਘਰ ਵੀ ਮੱਝਾਂ ਹੈਗੀਆਂ ਨੇ ਜੀ, ਕੁਆਲਿਟੀ ਫੁੱਲ ਹੈ ਜੀ। ਆਪਣੀ ਆਹ ਗਾਹਕ ਖੜੇ ਨੇ ਜੀ, ਆਪਣੇ ਸਾਰੇ ਰੋਜ਼ਾਨਾ ਆਪਾਂ ਤੋਂ ਵਰਤਦੇ ਹਾਂ ਦੁੱਧ ਲਿਆ ਕੇ, ਸਾਡੀ ਆਪਣੀ ਇਹ ਹੈ ਵੀ ਇਹਦੇ ਵਿੱਚ ਆਪਣੀ ਕੋਈ ਮਿਲਾਵਟ ਨਹੀਂ, ਕੋਈ ਕਦੇ ਵੀ ਕੋਈ ਵੀ ਗਾਹਕ ਆ ਕੇ ਚੈੱਕ ਕਰਾ ਸਕਦਾ ਮੌਕੇ 'ਤੇ। ਆਪਣੀ ਇਹੀ ਸ਼ੁੱਧਤਾ ਅਤੇ ਇਹੀ ਕੁਆਲਿਟੀ ਹੈ ਜੀ, ਕੋਈ ਮਿਲਾਵਟ ਨਹੀਂ, ਉਨਾ ਪਾਣੀ ਨਾ ਕੋਈ ਪਾਊਡਰ ਨਾ ਕੋਈ, ਜਿੰਨਾ ਦੁੱਧ ਅਸੀਂ ਉਨਾ ਜਿੰਨਾ ਮਿਲਦਾ ਅਸੀਂ ਤਾਂ ਉਨਾ ਲਾਉਂਦੇ ਹਾਂ ਜੀ, ਕੋਈ ਵਾਧੂ ਨਹੀਂ ਹੈਗਾ। ਹੁਣ ਅਸੀਂ 30 ਕਿਲੋ ਤੋਂ ਸਟਾਰਟਿੰਗ ਕਰੀ ਤੀ ਜੀ, ਅਤੇ ਅੱਜ ਸਾਡਾ 1.5 ਕੁਇੰਟਲ ਦੁੱਧ ਲੱਗ ਰਿਹਾ। ਵਿਦੇਸ਼ਾਂ ਵਾਲਿਆਂ ਨੂੰ ਅਸੀਂ ਇਹੀ ਕਹਿਣਾ ਚਾਹੁੰਦਾ ਵੀ 30-40 ਲੱਖ ਰੁਪਏ ਨਾ ਖਰਚੋ, ਉਰੀ ਆਪਦਾ 5-7 ਲੱਖ ਰੁਪਏ 'ਚ ਕੋਈ ਆਪਦਾ ਬਿਜ਼ਨਸ ਸਟਾਰਟ ਕਰੋ, ਜਿਹਦੇ ਮਾਲਕ ਤੁਸੀਂ ਆਪ ਹੋਵੋ ਅਤੇ ਤੁਹਾਨੂੰ ਆਪਦੇ ਆਪ 'ਤੇ ਮਾਣ ਹੋਵੇ। ਨੌਜਵਾਨਾਂ ਦਾ ਕਹਿਣਾ ਹੈ ਕਿ ਇੱਕ ਸਮੇਂ 'ਤੇ ਉਹ ਵੀ ਲੱਖਾਂ ਲਗਾ ਕੇ ਵਿਦੇਸ਼ ਜਾਣ ਦੀ ਸੋਚ ਰਹੇ ਸਨ, ਪਰ ਅੱਜ ਉਹਨਾਂ ਨੂੰ ਇਸ ਕਿੱਤੇ ਤੋਂ ਮੋਟਾ ਮੁਨਾਫਾ ਹੋ ਰਿਹਾ, ਅਤੇ ਲੋਕਾਂ ਦੇ ਵੱਲੋਂ ਵੀ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਜਾ ਰਹੀ ਹੈ, ਅਤੇ ਉਹਨਾਂ ਨੂੰ ਖੁਸ਼ੀ ਹੈ ਕਿ ਉਹ ਲੋਕਾਂ ਨੂੰ ਵਧੀਆ ਅਤੇ ਕੁਆਲਿਟੀ ਵਾਲਾ ਦੁੱਧ ਦੇ ਰਹੇ ਨੇ। ਦੁੱਧ ਦੁਕਾਨ ਸਾਡੀ ਦੁਕਾਨ ਹੈ ਚਾਹ ਦੀ ਰੇੜੀ, ਅਸੀਂ ਇਹਨਾਂ ਤੋਂ ਵੀ ਦੁੱਧ ਲੈਂਦੇ ਹਾਂ, ਦੁੱਧ ਬਹੁਤ ਵਧੀਆ ਜੀ। ਚਾਹ ਵਾਲਾ ਕਹਾਂ ਵੀ ਉਹ ਦੁੱਧ ਹੀ ਬਣਾਓ ਦੂਜੀ ਤੋਂ ਲੈ ਕੇ, ਵੀ ਦੁੱਧ ਬਹੁਤ ਵਧੀਆ ਲੱਗਦਾ ਜੀ। ਬਹੁਤ ਲੋਕ ਸਾਨੂੰ ਆ ਕੇ ਕਹਿੰਦੇ ਨੇ ਵੀ ਦੁੱਧ ਇਹਨਾਂ ਤੋਂ ਲਵੋ, ਵੀ ਕਦੋਂ ਆਉਣਗੇ, ਕਦੇ ਉਡੀਕ, ਅਸੀਂ ਉਡੀਕ ਕਰਦੇ ਹਾਂ ਇਹਨਾਂ ਦੀ ਵੀ ਦੁੱਧ ਕਦੇ ਲਈਏ। ਅਸੀਂ ਇਹ ਕਹਿੰਦੇ ਹਾਂ ਬਹੁਤ ਵਧੀਆ ਦੁੱਧ ਆ, ਬੱਚਿਆਂ ਨੂੰ ਪਿਲਾਉਣੇ ਆ, ਆਪ ਵੀ ਪੀਣੇ ਆ ਜੀ, ਬਹੁਤ ਵਧੀਆ ਕੁਆਲਿਟੀ ਇਹਨਾਂ ਦੀ ਦੁੱਧ ਦੀ। ਮਲੇਰਕੋਟਲਾ ਤੋਂ ਜ਼ਮੀਲ ਖੇੜੀ ਵਾਲਾ ਦੀ ਰਿਪੋਰਟ।
ਪੀ ਟੀ ਸੀ ਨਿਊਜ਼।